ਮਾਣਯੋਗ ਅਸ਼ਵਨੀ ਕਪੂਰ IPS ਤਰਨ ਤਾਰਨ ਦੇ ਵੱਲੋਂ ਲੁੱਟ ਖੋਹ ਕਰਨ ਵਾਲੇ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਲਈ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਮਾਣਯੋਗ SSP ਸਾਹਿਬ ਦੀਆਂ ਹਦਾਇਤਾਂ ਅਨੁਸਾਰ ਮਨਿੰਦਰ ਸਿੰਘ IPS SSP ਹੈੱਡਕੁਆਰਟਰ ਜਾਂ ਫਿਰ SPD ਤਰਨ ਤਾਰਨ ਦੀ ਨਿਗਰਾਨੀ ਦੇ ਹੇਠ ਸ੍ਰੀ ਅਰੁਣ ਸ਼ਰਮਾ DSP ਤਰਨ ਤਾਰਨ ਦੀ ਜੇਲ੍ਹ ਸਰਕਾਰਦਗੀ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ CIA ਸਟਾਫ ਤਰਨ ਤਾਰਨ ਦੇ ਸਮੇਤ ਪੁਲਿਸ ਪਾਰਟੀ ਪਿੰਡ ਮੰਨਣ ਤੋਂ ਟੰਡ ਰੋਡ ਪੁਲਿਸ ਸੂਆ ਬਹਾਦਰ ਰਕਬਾ MA ਕਲਾਂ ਪਰ ਮੌਜੂਦ ਸੀ। ਇਸੇ ਦੌਰਾਨ ਹਿਊਮਨ ਇੰਟ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਇਹ ਸੂਚਨਾ ਮਿਲੀ ਕਿ ਨਾਮੀ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਆਪਣੇ ਸਾਥੀਆਂ ਦੇ ਸਮੇਤ ਚਬਾਲ ਏਰੀਏ ਦੇ ਵਿਚ ਘੁੰਮ ਰਿਹਾ ਸੀ ਅਤੇ ਇਸੇ ਦੌਰਾਨ ਪੁਲਿਸ ਪਾਰਟੀ ਨੂੰ ਇਕ ਮੋਟਰਸਾਈਕਲ ਸਪਲੈਂਡਰ ਤੇ ਸਵਾਰ ਦੋ ਮੋਨੇ ਨੌਜਵਾਨ ਪਿੰਡ ਮੰਨਣ ਤੋਂ ਆਉਂਦੇ ਹੋਏ ਦਿਖਾਈ ਦਿੱਤੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਦੇ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪਰ ਇਸੇ ਦੌਰਾਨ ਉਹ ਰੁਕੇ ਨਹੀਂ, ਸਗੋਂ ਜੋ ਮੋਟਰਸਾਈਕਲ ਚਾਲਕ ਦੇ ਵੱਲੋਂ ਚਲਾਕੀ ਦੇ ਨਾਲ ਮੋਟਰਸਾਈਕਲ ਨੂੰ ਲਿੰਕ ਰੋਡ ਪੁਲਿਸ ਸੂਆ ਸਾਹਿਬ ਦੇ ਵੱਲੋਂ ਹੀ ਮੋੜ ਕੇ ਭਜਾ ਲਿਆ ਗਿਆ ਅਤੇ ਜਿਸ ਤੇ ਪੁਲਿਸ ਪਾਰਟੀ ਦੇ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਇਸੇ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਦੇ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਗਈ ਹੈ। ਸੋ ਪੁਲਿਸ ਪਾਰਟੀ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਸੀ। ਇਹ ਵਿੱਚ ਸਾਡੇ ਕੋਲ ਚਰਨਜੀਤ ਏਲੀਅਸ ਜਿਹੜਾ ਰਾਜੂ ਸ਼ੂਟਰ ਸੀਗਾ, ਇਹਦੇ 9 ਮੁਕੱਦਮੇ ਟੋਟਲ 8 ਪਹਿਲੇ ਸੀਗੇ। 9ਵਾਂ ਇੱਕ ਟੋਟੀਆਂ ਜਿਹੜਾ ਬੈਂਕ ਡਕੈਤੀ ਕਰਨ ਆਏ ਸੀਗੇ, ਤਾਂ ਉੱਥੇ ਜਦੋਂ ਬੈਂਕ ਡਕੈਤੀ ਦੇ PCR ਦੀ ਗੱਡੀ ਪਹੁੰਚ ਜਾਂਦੀ ਹੈ ਤਾਂ ਇਹ ਅਸਫਲ ਹੋ ਜਾਂਦੀ ਡਕੈਤੀ ਪਰ ਜਾਂਦੇ ਹੋਏ ਰਾਜੂ ਸ਼ੂਟਰ ਨੇ ਫਾਇਰ ਕੀਤਾ ਸੀ ਅਤੇ ਜਿਹਦੇ 'ਚ SA ਬਲਵਿੰਦਰ ਸਿੰਘ ਕਾਫੀ ਇੰਜਰਡ ਹੋ ਗਿਆ ਸੀਗਾ ਔਰ 2-3 ਸਰਜਰੀਜ਼ ਹੋਈਆਂ ਉਹਨਾਂ ਦੀਆਂ। ਉਦੋਂ ਤੋਂ ਹੀ ਅਸੀਂ ਇਹਦੇ ਪਿੱਛੇ ਚੜ੍ਹੇ ਹੋਏ ਸੀਗੇ। ਕੱਲ੍ਹ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਪੁਖਤਾ ਕਿ ਇਹ ਝਬਾਲ ਦੀ ਏਰੀਏ 'ਚ ਕਿਸੇ ਕੋਈ ਜਾਂ ਤਾਂ ਪਨਾਹ ਲੈਣ ਆਊਗਾ ਜਾਂ ਕੋਈ ਉੱਥੇ ਨੂੰ ਕੰਮ ਸੀਗਾ। ਉੱਥੇ ਜਿਹੜੀ ਸਾਰੇ ਜ਼ਿਲ੍ਹੇ 'ਚ ਨਾਕਾਬੰਦੀ ਕੀਤੀ ਗਈ ਸੀਗੀ, CIA ਟੀਮ ਜਿਹੜੀ ਸੀਗੀ ਉਹਨੂੰ ਇਹ ਉਹਦੇ ਨਾਲ ਟਾਕਰਾ ਹੋ ਗਿਆ। ਉੱਥੇ ਇਹਨੇ ਜਿਹੜਾ ਪਿਸਟਲ 2 ਸੀਗੇ ਇਹਦੇ ਕੋਲ ਇਹਨੇ ਬ੍ਰਸਟ ਮਾਰਿਆ, ਉਹਦੇ 'ਤੇ ਗੱਡੀ 'ਤੇ ਉਹਨਾਂ ਦੇ ਫਾਇਰ ਲੱਗੇ। ਉਹਨਾਂ ਨੇ ਜਵਾਬੀ ਜਦੋਂ ਫਾਇਰਿੰਗ ਕੀਤੀ ਅਤੇ ਇਹਦੇ 2 ਗਨ ਸ਼ੋਟ ਲੱਗੇ ਔਰ ਇਹਨੂੰ ਐਪਰੀਹੈਂਡ ਕਰ ਲਿਆ ਅਤੇ ਨਾਲ ਇਹਦੇ ਦੂਜਾ ਮੁੰਡਾ ਸੀਗਾ ਜਿਹੜਾ ਤੁਹਾਡੇ ਕੋਲ ਪੇਸ਼ ਇਹ ਤਾਂ ਜੇਰੇ ਇਲਾਜ ਹੈ ਜੀ। ਹਜੇ ਇਹਨੂੰ PGI ਰੈਫਰ ਕਰਤਾ ਅਤੇ ਦੂਸਰਾ ਇਹਨਾਂ ਦੀ ਅਰੈਸਟ ਪੈ ਗਈ, ਅੱਗੇ ਇੰਟਰੋਗੇਸ਼ਨ ਕਰ ਰਹੇ ਹਾਂ। ਇੱਕ ਇਹਦੇ 'ਚ ਪੀਟਰ ਹੈਗਾ ਜਿਹੜਾ ਪਨਾਹ ਪਨੂਹ ਦਿੰਦਾ ਅੱਗੇ, ਉਹਦਾ ਇਹ ਭਰਾ ਹੈਗਾ ਜਿਹੜਾ ਮੁੰਡਾ ਪਿੱਛੇ ਖੜਾ ਸਾਡੇ ਕੋਲ ਪਰਮਿੰਦਰ ਸਿੰਘ। ਇੱਕ ਤਾਂ ਬ੍ਰਸਟ ਉਹਨੇ ਮਾਰਿਆ ਸੀ ਜੀ, 5-6 ਰਾਊਂਡ ਉੱਧਰੋਂ ਫਾਇਰ ਹੋਏ ਸੀਗੇ ਅਤੇ ਇਹ 2 ਪਿਸਟਲ ਸੀਗੇ ਉਹਦੇ ਕੋਲ, ਇੱਕ ਉਹਨੇ ਕੱਢ ਕੇ ਚਲਾਇਆ ਸੀਗਾ ਅਤੇ ਪੁਲਿਸ ਵੱਲੋਂ 10-12 ਦੇ ਕਰੀਬ ਫਾਇਰ ਹੋਏ। ਮੁਲਾਜ਼ਮ ਸਾਰੇ ਬਚ ਗਏ, ਗੱਡੀ 'ਤੇ ਲੱਗਿਆ ਇਹਦੇ 'ਤੇ ਪਹਿਲੇ ਜੀ ਲੁੱਟਾਂ ਖੋਹਾਂ ਦੇ, ਲੜਾਈ ਝਗੜੇ ਦੇ ਅਤੇ ਡਕੈਤੀ ਦੇ 8 ਪਰਚੇ ਪਹਿਲੇ ਆ ਅਤੇ 9ਵਾਂ ਇਹ ਜਿਹੜਾ ਟੋਟੀਆਂ ਵਾਲਾ ਸੀਗਾ। ਅਤੇ ਵੈਸੇ ਵੀ ਇਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਸੀਗਾ, ਮੈਂ ਆਪਣੇ ਵੈਪਨਸ ਸ਼ੋ ਕਰਕੇ ਇੰਸਟਾ 'ਤੇ ਸੋਸ਼ਲ ਮੀਡੀਆ 'ਤੇ ਫੋਟੋ ਪਾਉਂਦਾ ਸੀਗਾ ਰਾਜੂ ਸ਼ੂਟਰ ਦੇ ਨਾਂ ਤੋਂ, ਆਪਣੇ ਆਪ ਨੂੰ ਇਹ ਪਾਪੂਲਰਾਈਜ਼ ਕਰ ਰਿਹਾ ਸੀਗਾ। ਕਦੀ ਐਮੋਨੇਸ਼ਨ ਦੇ ਨਾਲ ਆਪਦਾ ਨਾਮ ਲਿਖ ਦਿੰਦਾ ਸੀ ਰਾਜੂ ਸ਼ੂਟਰ, ਆਪਣੇ ਆਪ ਨੂੰ ਵੱਡਾ ਗੈਂਗਸਟਰ ਸ਼ੋ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਨਹੀਂ ਤਾਂ ਜਦੋਂ ਉੱਥਨ ਲੁੱਟਣ ਗਏ ਸੀ ਉਦੋਂ ਤਾਂ 4 ਜਣੇ ਸੀਗੇ ਅਤੇ ਬਾਕੀ ਹਜੇ ਇਨਵੈਸਟੀਗੇਸ਼ਨ ਕਰ ਰਹੇ। 2 ਤਾਂ ਇਹ ਮੌਕੇ 'ਤੇ ਅਸੀਂ ਫੜੇ ਹੀ ਅਤੇ ਬਾਕੀ ਜਿਹੜੇ ਇਹਦੇ ਸਾਥੀ ਸੀਗੇ ਜਦੋਂ ਉੱਥੋਂ ਆਉਂਦਾ ਉਸ ਤੋਂ ਬਾਅਦ ਇੰਟਰੋਗੇਸ਼ਨ ਤੋਂ ਪਤਾ ਲੱਗਿਆ।
ਅਜੇ ਤਾਂ ਜ਼ੇਰੇ ਇਲਾਜ ਹੈ ਜੀ, ਪੇਸ਼ ਹੀ ਨਹੀਂ ਕਰ ਸਕੇ, ਤਾਂ ਜਦੋਂ ਪੇਸ਼ ਕਰਦੇ ਹੈ ਉਦੋਂ ਦੱਸ।